ਰੁਕਦੇ ਅਗਲੀ ਅਹਿਮ ਖਬਰ ਦਾ ਕਮੇਰੀਅਨ ਭਾਰਤੀ ਸਿੰਘ ਵੱਲੋਂ ਦਾੜੀ ਮੁੱਛਾਂ ਤੇ ਟਿੱਪਣੀ ਕਰਨ ਦੇ ਮਾਮਲੇ ਵਿੱਚ ਘੱਟ ਗਿਣਤੀ ਕਮਿਸ਼ਨ ਨੇ ਮਾਮਲੇ ਦਾ ਸਖਤ ਨੋਟਿਸ ਲਿਆ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਪੰਜਾਬ ਤੇ ਮਹਾਰਾਸ਼ਟਰ ਤੋਂ ਇਸ ਬਾਬਤ ਰਿਪੋਰਟ ਮੰਗੀ ਹੈ ਕਮੇਰੀਅਨ ਭਾਰਤੀ ਸਿੰਘ ਵੱਲੋਂ ਦਾੜੀ ਮੁੱਛਾਂ ਤੇ ਜੋ ਟਿੱਪਣੀ ਕੀਤੀ ਗਈ ਮਾਮਲਾ ਲਗਾਤਾਰ ਜੋ ਗਰਮਾ ਰਿਹਾ ਮਾਮਲਾ ਐਫਆਈਆਰ ਵੀ ਉਸ ਦੇ ਖਿਲਾਫ ਭਾਰਤੀ ਸਿੰਘ ਦੇ ਖਿਲਾਫ ਦਰਜ ਹੋਈ ਹੈ ਤੇ ਹੁਣ ਘੱਟ ਗਿਣਤੀ ਕਮਿਸ਼ਨ ਨੇ ਇਸ ਮਾਮਲੇ ਦਾ ਸਖਤ ਨੋਟਿਸ ਲਿਆ ਦੱਸਦੀ ਕਿ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਪੰਜਾਬ ਤੇ ਮਹਾਰਾਸ਼ਟਰ ਤੋਂ ਇਸ ਬਾਬਤ ਰਿਪੋਰਟ ਮੰਗੀ ਹੈ ਭਾਰਤੀ ਸਿੰਘ ਦੇ ਖਿਲਾਫ ਸ਼ਿਕਾਇਤ ਮਿਲਣ ਮਗਰੋਂ ਮੁੱਖ ਸਕੱਤਰਾਂ ਨੂੰ ਨੋਟਿਸ ਭੇਜ ਕੇ ਰਿਪੋਰਟ ਮੰਗੀ ਗਈ ਹੈ ਭਾਰਤ ਤੇ ਵਿਦੇਸ਼ਾਂ 'ਚ ਰਹਿੰਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਇਸ ਬਿਆਨ ਦੇ ਨਾਲ ਠੇਸ ਪਹੁੰਚੀ ਹੈ ਕਹਿਣਾ ਸੀ ਲਾਲਪੁਰਾ ਦਾ ਰਿਪੋਰਟ ਦੇ ਆਧਾਰ ਤੇ ਹੀ ਢੁਕਵੀਂ ਕਾਰਵਾਈ ਕਰਨ ਦੀ ਗੱਲ ਲਾਲਪੁਰਾ ਨੇ ਕੀਤੀ ਹੈ ਦਾੜੀ ਮੁੱਛਾਂ ਤੇ ਕੀਤੀ ਟਿੱਪਣੀ ਤੇ ਭਾਰਤੀ ਸਿੰਘ ਦੱਸਦੇ ਕਿ ਆਪਣੀ ਸਫਾਈ ਵੀ ਦੇ ਚੁੱਕੇ ਨੇ ਮੁਆਫੀ ਵੀ ਮੰਗ ਚੁੱਕੇ ਨੇ ਲੇਕਿਨ ਇਸ ਦੇ ਬਾਵਜੂਦ ਇਹ ਮਾਮਲਾ ਠੰਡਾ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ कमेडियन भारती सिंह वालों दाड़ी मुछा से जो टिप्पणी की गई है मामला लगातार ही गरमाया हुआ है इस लैके वक् वर्गों वालों जो इतराज भी जताया गया है कौमी घट गिनती कमिशन ने भी मामले का हूँ सख्त नोटिस लिया है दसदी के चेयरमैन इकबाल सिंह लालपुरा ने पंजाब से महाराष्ट्र तो इस बाबत रिपोर्ट मंगी है भारती सिंह के खिलाफ शिकायत कर मिलन मगरों मुख सकत्रा नोटिस भेज के इस बाबत रिपोर्ट उन्होंने तलब की है उन्होंने कहा कि भारती सिंह खिलाफ शिकायत मिलने मगरों मुख सकत्रा नोटिस भेज के रिपोर्ट मंगी है भारत के विदेशों रेंदे सिखों दावनावान ठेस पहुंचने की गल लालपुरा ने कही है उन्होंने कहा कि रिपोर्ट के आधार से ही अगे ढुकवी कार्रवाई की जाएगी।